ਬਰਨਾਲਾ ਪੁਲਿਸ ਦੇ ਥਾਣਾ ਕਾਦੀਆਂ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ 7 ਸਾਲ 8 ਮਹੀਨੇ ਦੀ ਬੱਚੀ ਨਾਲ 21 ਸਾਲਾ ਨੌਜਵਾਨ ਵੱਲੋਂ ਜਬਰ ਜਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਦੇ ਬੱਚੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ। ਉੱਥੇ ਹੀ ਜਬਰ ਜਨਾਹ ਕਰਨ ਵਾਲਾ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਪੀੜਤ ਬੱਚੀ ਦੇ ਪਿਤਾ ਨੇ ਘਟਨਾ ਬਾਰੇ ਦੱਸਿਆ ਕਿ ਉਹਨਾਂ ਦੀ ਬੱਚੇ ਦੀ ਉਮਰ ਸਿਰਫ 7.5 ਸਾਲ ਹੈ ਅਤੇ ਉਸ ਨਾਲ ਗੁਰਪ੍ਰੀਤ ਉਰਫ ਗੱਭਰੂ ਨਾਂ ਦੇ 22-23 ਸਾਲਾ ਨੌਜਵਾਨ ਨੇ ਜਬਰ ਜਨਾਹ ਕੀਤਾ ਹੈ। ਉਹਨਾਂ ਨੇ ਇਨਸਾਫ਼ ਦੀ ਗੁਹਾਰ ਲਾਉਂਦੇ ਕਿਹਾ ਕਿ ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸ਼ਰਮਨਾਕ ਕਾਰੇ ਨੂੰ ਲੈ ਕੇ DSP ਹਰਕਿਸ਼ਨ ਨੇ ਦੱਸਿਆ ਕਿ ਥਾਣਾ ਕਾਦੀਆਂ ਅਧੀਨ ਪੈਂਦੇ ਇੱਕ ਪਿੰਡ ਵਿੱਚ 21 ਸਾਲਾ ਗੁਰਪ੍ਰੀਤ ਨਾਮਕ ਨੌਜਵਾਨ ਵੱਲੋਂ ਬੱਚੀ ਨੂੰ ਅਮਰੂਦ ਖਵਾਉਣ ਦੇ ਬਹਾਨੇ ਨਾਲ ਲਿਜਾ ਕੇ ਜਬਰ ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਦੇ ਹੋਏ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਨੌਜਵਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਜੀ ਮੇਰੀ ਬੇਟੀ ਦੀ ਬੱਚੀ ਹੈ ਮੇਰੀ, ਉਹਦੀ 7 ਸਾਲ ਅਤੇ 8 ਮਹੀਨੇ ਉਮਰ ਮੇਰੀ ਕੁੜੀ ਨੇ ਕੱਲ੍ਹ ਹੀ ਮਾੜਾ ਹਾਲਾਤ ਹੋਇਆ, ਇਹਦਾ ਮੈਨੂੰ ਇਨਸਾਫ ਸੀ। ਕਿਹਨੇ ਕੀਤਾ? ਇਹ ਮੁੰਡਾ ਗੁਰਪ੍ਰੀਤ ਦਾ ਗੱਭਰੂ ਉਹਦਾ ਨਾਮ ਸੀ, ਉਹਨੇ ਕੀਤਾ ਜੀ। ਕਿੰਨੀ ਕੁ ਉਮਰ ਹੋ ਗਈ ਉਹਦੀ? 22-23 ਸਾਲ। ਕੀ ਚਾਹੁੰਦੇ ਹੋ? ਅਸੀਂ ਆਪਣਾ ਇਨਸਾਫ ਚਾਹੁੰਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਕਾਦੀਆਂ ਥਾਣੇ ਵਿੱਚ ਪਿੰਡ ਪੈਂਦਾ, ਉੱਥੇ ਇੱਕ 7 ਸਾਲ ਅਤੇ 8 ਮਹੀਨੇ ਦੀ ਬੱਚੀ ਦੇ ਨਾਲ ਰੇਪ ਹੋਣ ਦੀ ਸਾਨੂੰ ਸੂਚਨਾ ਮਿਲੀ ਹੈ ਅਤੇ ਜਿਹੜੀ ਲੜਕੀ ਆ ਉਹਨੂੰ ਉੱਥੇ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਉਹਦਾ ਅਸੀਂ ਮੈਡੀਕਲ ਕਰਾ ਰਹੇ ਹਾਂ ਅਤੇ ਜੋ ਵੀ ਆਪਣਾ ਉਹਦੇ ਬਾਪ ਦੇ ਬਿਆਨਾਂ 'ਤੇ ਅਸੀਂ ਪਰਚਾ ਵੀ ਦਰਜ ਕਰ ਰਹੇ ਹਾਂ। ਬਾਕੀ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਸ ਅਨੁਸਾਰ ਜਾਣ ਕੀਤਾ ਜਾਵੇਗਾ। ਹਾਲੇ ਤਾਂ ਇੱਕੋ ਗੱਲ ਸਮਝ ਆਈ ਹੈ ਕਿ ਇਹ ਜਿਹੜਾ ਲੜਕਾ ਸੀ ਜਾਂ ਰੇਪ ਕੀਤਾ ਉਸ ਲੜਕੀ ਨੂੰ ਅਮਰੂਦ ਦੇਣ ਦੇ ਬਹਾਨੇ ਲੈ ਗਿਆ ਅਤੇ ਉੱਥੇ ਜਾ ਕੇ ਉਹਨੇ ਉਹਦੇ ਨਾਲ ਰੇਪ ਕਰ ਦਿੱਤਾ। ਨਾਮ? ਲੜਕੇ ਦਾ ਨਾਂ ਗੁਰਪ੍ਰੀਤ ਸਿੰਘ।